ਇਹ ਜਿਹੜੀ ਦਿੱਲੀ ਕਮੇਟੀ ਕਾਬਜ਼ ਬੈਠੀ ਹੈ ਨਾ, ਇਹ ਟੋਚਣ ਵਾਲੀ ਕਮੇਟੀ ਬੈਠੀ ਹੈ। ਇਹ ਇਲੈਕਸ਼ਨਾਂ 'ਤੇ ਆਪਣੇ ਦੌਰ ਆਪਣੇ ਦਮ 'ਤੇ ਨਹੀਂ ਜਿੱਤੇ, ਸਰਸਾ 'ਤੇ ਹਾਰ ਹੀ ਗਿਆ, ਇਲੈਕਸ਼ਨ 'ਤੇ ਜਿੱਤੇ ਨੇ ਅਕਾਲੀ ਦਲ ਤੋਂ ਜਾਂ ਸਰਨਾ ਸਾਹਿਬ ਤੋਂ ਜਾਂ ਮੇਰੇ ਤੋਂ। ਮੈਂ ਇਹ ਸਮਝਦਾ ਵਾਂ ਕਿ ਅੱਜ ਇਹ ਜਿਹੜੀ ਗਠਬੰਧਨ ਬਣ ਕੇ ਇਹਨਾਂ ਨੇ ਜਿਹੜਾ ਗੁਰਦੁਆਰਾ ਕਮੇਟੀ 'ਤੇ ਕਬਜ਼ਾ ਕੀਤਾ ਹੋਇਆ ਔਰ ਸਰਕਾਰ ਦੇ ਇਹ ਮੈਂ ਸਮਝਦਾ ਪਿੱਠੂ ਬਣ ਕੇ ਸਾਹਮਣੇ ਆਏ ਨੇ, ਇਹਨਾਂ ਦਾ ਉਹੀ ਹਾਲ ਹੈ ਕਿ ਜਿਵੇਂ ਉਹ ਰਾਜ ਕਪੂਰ ਅਤੇ ਰਾਜਕੁਮਾਰ ਉਹ ਟੋਚਨ ਲਾ ਕੇ ਚੱਲਦੇ ਸੀ, ਇਹ ਟੋਚਨ ਲਾ ਕੇ ਚੱਲਦੇ, ਇਹਨਾਂ 'ਚ ਆਪਣਾ ਦਮ ਨਹੀਂ ਹੈ। ਆਉਣ ਵਾਲੀ ਇਲੈਕਸ਼ਨਾਂ ਜਿਹਨਾਂ ਨੂੰ ਸਮਝ ਆ ਜਾਏਗੀ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਤੁਹਾਡਾ ਵੋਇਸ ਆਫ ਇੰਡੀਆ ਦੇ ਪ੍ਰੋਗਰਾਮ ਗੂੰਜਾਂ ਸਿੱਖ ਸਿਆਸਤ ਦੀਆਂ। ਸਿੱਖ ਸਿਆਸਤ ਦੇ ਸਾਰੇ ਵੋਟ ਕਹਿ ਲਈਏ, ਜਿੰਨੇ ਵੋਟਰ ਸੀ ਸਭ ਨੇ ਵੋਟ 'ਤੇ, ਜਿੰਨਾ ਪਾਰਟੀਆਂ ਨੂੰ ਪਾਰਟੀਆਂ 'ਤੇ ਇਕੱਠੀ ਹੋ ਗਈਆਂ ਨੇ, ਮੈਂਬਰ ਅੱਡ ਰਹਿ ਗਏ ਨੇ, ਕੀ ਕਹਿਣਾ ਚਾਹੋ ਜੀ ਕੇ ਸਾਹਿਬ? ਮੈਂ ਸਮਝਦਾ ਕਿ ਮੈਂਬਰ ਜਿੱਤੇ ਇੱਥੋਂ ਸੀਗੇ, ਤੈਨੂੰ ਯਾਦ ਹੈ ਕਿਉਂਕਿ ਤੂੰ ਥੋੜ੍ਹਾ ਜਿਹਾ ਮਖੌਲ ਵੀ ਕਰਦਾ, ਤੈਨੂੰ ਵੀ ਮੈਂ ਸਮਝਾਵਾਂ। ਇੱਕ ਪਿਕਚਰ ਆਈ ਸੀ ਦੋ ਜਾਸੂਸ, ਉਹਦੇ ਮੇਨ ਕਰੈਕਟਰ ਸੀ ਇੱਕ, ਤਾਂ ਰਜਿੰਦਰ ਕੁਮਾਰ ਜਿਹਨੂੰ ਜੁਬਲੀ ਕੁਮਾਰ ਕਹਿੰਦੇ ਸੀ, ਇੱਕ ਰਾਜ ਕਪੂਰ, ਇਹ ਦੋਵੇਂ ਜਾਸੂਸ ਬਣਦੇ ਨੇ। ਔਰ ਇਹਨਾਂ ਕੋਲ ਇੱਕ ਮੋਟਰਸਾਈਕਲ ਹੁੰਦਾ, ਨਾਲ ਸਟ੍ਰਾਈਕ ਆਰਟ ਲੱਗੀ ਹੁੰਦੀ ਹੈ, ਜਿਵੇਂ ਉਹ ਛੋਲੇ ਸੀਗੇ, ਯੇ ਦੋਸਤੀ ਹਮਨੇ ਛੋੜੇਂਗੇ। ਅਤੇ ਇਹਨਾਂ ਦੀ ਗੱਡੀ 'ਚ ਪੈਟਰੋਲ ਨਹੀਂ ਹੁੰਦਾ ਸੀਗਾ, ਇਹਨਾਂ ਕੋਲ ਪੈਸੇ ਨਹੀਂ ਹੁੰਦੇ ਸੀ ਪੈਟਰੋਲ ਪਵਾਉਣ ਦੇ। ਇਹ ਕੋਈ ਗੱਡੀ ਜਾ ਰਹੀ ਹੁੰਦੀ ਸੀ, ਉਹਦੇ ਪਿੱਛੇ ਹੁੱਕ ਪਾ ਲੈਂਦੇ ਸੀ, ਟੋਚਨ ਲਾ ਕੇ ਆਪਣਾ ਮੋਟਰਸਾਈਕਲ ਰੇੜ ਕੇ ਲੈ ਜਾਂਦੇ ਸੀ। ਇਹ ਜਿਹੜੀ ਦਿੱਲੀ ਕਮੇਟੀ ਕਾਬਜ਼ ਬੈਠੀ ਹੈ ਨਾ, ਇਹ ਟੋਚਨ ਵਾਲੀ ਕਮੇਟੀ ਬੈਠੀ ਹੈ। ਇਹ ਇਲੈਕਸ਼ਨਾਂ 'ਤੇ ਆਪਣੇ ਦੌਰ ਆਪਣੇ ਦਮ 'ਤੇ ਨਹੀਂ ਜਿੱਤੇ, ਸਰਸਾ 'ਤੇ ਹਾਰ ਹੀ ਗਿਆ, ਇਲੈਕਸ਼ਨ 'ਤੇ ਜਿੱਤੇ ਨੇ ਅਕਾਲੀ ਦਲ ਤੋਂ ਜਾਂ ਸਰਨਾ ਸਾਹਿਬ ਤੋਂ ਜਾਂ ਮੇਰੇ ਤੋਂ। ਮੈਂ ਇਹ ਸਮਝਦਾ ਵਾਂ ਕਿ ਅੱਜ ਇਹ ਜਿਹੜੀ ਗਠਬੰਧਨ ਬਣ ਕੇ ਇਹਨਾਂ ਨੇ ਜਿਹੜਾ ਗੁਰਦੁਆਰਾ ਕਮੇਟੀ 'ਤੇ ਕਬਜ਼ਾ ਕੀਤਾ ਹੋਇਆ ਔਰ ਸਰਕਾਰ ਦੇ ਇਹ ਮੈਂ ਸਮਝਦਾ ਪਿੱਠੂ ਬਣ ਕੇ ਸਾਹਮਣੇ ਆਏ ਨੇ, ਇਹਨਾਂ ਦਾ ਉਹੀ ਹਾਲ ਹੈ ਕਿ ਜਿਵੇਂ ਉਹ ਰਾਜ ਕਪੂਰ ਅਤੇ ਰਾਜਕੁਮਾਰ ਉਹ ਟੋਚਨ ਲਾ ਕੇ ਚੱਲਦੇ ਸੀ, ਇਹ ਟੋਚਨ ਲਾ ਕੇ ਚੱਲਦੇ, ਇਹਨਾਂ 'ਚ ਆਪਣਾ ਦਮ ਨਹੀਂ ਹੈ। ਆਉਣ ਵਾਲੀ ਇਲੈਕਸ਼ਨਾਂ ਜਿਹਨਾਂ ਨੂੰ ਸਮਝ ਆ ਜਾਏਗੀ। ਸਰ, ਆਉਣ ਵਾਲੀ ਇਲੈਕਸ਼ਨ 26 ਦੀ ਵੀ ਹੈਗੀ ਅਤੇ 24 ਦੀ ਵੀ ਹੈਗੀ ਹੈ, ਮਗਰ ਇੱਕ ਆਪ ਜੀ ਨੇ ਪਾਰਟੀ ਮਰਜ ਕੀਤੀ ਹੈ ਕਿ ਆਪਣਾ ਜੁਆਇਨ ਕੀਤਾ? ਨਹੀਂ, ਪਾਰਟੀ ਮਰਜ ਕੀਤੀ, ਅਸੀਂ ਪਾਰਟੀ ਮਰਜ ਕੀਤੀ ਜੀ। ਸਰ, ਸਵਾਲ ਹੈ ਉੱਠਦਾ, ਪਹਿਲੇ ਮੋਮਬੱਤੀ ਬੰਦ ਕੀਤੀ, ਹੁਣ ਕਿਤਾਬ ਬੰਦ ਕਰਤੀ, ਅੱਗੇ ਕੀ ਹੋਏਗਾ? ਮੈਂ ਸਮਝਦਾ ਉਸ ਤੋਂ ਪਹਿਲੇ ਸਾਡੇ ਕੋਲ ਤੀਰ ਕਮਾਨ ਸੀ 1982 'ਚ ਸੰਤ ਭਿੰਡਰਾਂ ਵਾਲਿਆਂ ਨੇ ਅਤੇ ਲੌਂਗੋਵਾਲ ਸਾਹਿਬ ਨੇ ਕਿਹਾ ਸੀ, ਅੱਜ ਵੀ ਹਾਲਾਤ ਇਹ ਨੇ ਕਿ ਪੰਥ ਦੇ ਹਾਲਾਤ ਐਸੇ ਸੀ, ਮੋਰਚਾ ਲੱਗਿਆ ਸੀ, ਅਸੀਂ ਕੀਤੀ ਹੈ, ਇਹ ਏਕਤਾ ਕਿਸੇ ਸੌਦੇ ਲਈ ਨਹੀਂ ਕੀਤੀ, ਏਕਤਾ ਪੰਥ ਦੀ ਚੜ੍ਹਦੀ ਕਲਾ ਲਈ ਕੀਤੀ। ਸਰ, ਜੀ ਕੇ ਸਾਹਿਬ, ਸਵਾਲ ਪੁੱਛਾਂਗਾ, ਦੋ ਵੱਡੇ ਪ੍ਰਧਾਨ ਆਪਸ 'ਚ 10 ਸਾਲ ਦੇ ਲੜਦੇ ਰਹੇ, ਮਨਜੀਤ ਸਿੰਘ ਜੀ ਕੇ ਅਤੇ ਪਰਮਜੀਤ ਸਿੰਘ ਸਰਨਾ, ਹੁਣ ਤੁਸੀਂ ਉਹਨਾਂ ਦੀ ਪ੍ਰਧਾਨਗੀ ਦੇ ਲਈ ਕੰਮ ਕਿਵੇਂ ਕਰੋਗੇ? ਮੈਂ ਸਮਝਦਾ ਵਾਂ ਮੇਰੇ ਵੱਡੇ ਭਰਾ ਨੇ, ਉਹ ਬਿਲਕੁਲ ਜਿੱਦਾਂ ਦਾ ਉਹ ਲੀਡ ਦੇਣਗੇ ਅਸੀਂ ਉਹਨਾਂ ਦੇ ਨਾਲ ਚੱਲਾਂਗੇ, ਸਾਨੂੰ ਕਿਸੇ ਕਿਸਮ ਦਾ ਇਤਰਾਜ਼ ਨਹੀਂ। ਪਾਰਟੀ ਵੱਡੀ ਜ਼ਿੰਮੇਵਾਰੀ ਦੇਗੀ? ਇਹ ਪਾਰਟੀ ਦਾ ਕੰਮ ਹੈ, ਮੇਰਾ ਨਹੀਂ।